ਇੱਕੋ ਆਪਣੇ ਵਾਲਾ ਜਿਹਨੂੰ ਤੁਸੀਂ ਕਦੇ ਜਿਤਾਇਆ ਹੀ ਨਹੀਂ, ਉਹ ਫੇਰ ਕੱਲ ਉੱਧਰ ਹੀ ਚਲਾ ਗਿਆ। ਪਿਓ ਪੁੱਤ ਦੋਨੇ ਮੈਥੋਂ ਹੀ ਹਾਰੇ ਸੀ। ਮੈਂ ਕਿਹਾ ਵੀ ਇਹ ਕੀ ਹੋ ਗਿਆ? ਕਹਿੰਦੇ ਜੀ ਘਰ ਵਾਪਸੀ। ਮੈਂ ਕਿਹਾ ਇਹ ਚੰਗਾ ਕੰਮ ਫੜਿਆ ਇਹਨਾਂ ਨੇ, 6 ਮਹੀਨੇ ਪਹਿਲਾਂ ਘਰੋਂ ਨਿਕਲ ਜਾਂਦੇ ਨੇ, ਬਾਅਦ ਚ ਕਹਿੰਦੇ ਨੇ ਘਰ ਵਾਪਸੀ। ਇਹ ਕਿਹੜੇ ਘਰ ਚ ਵਾਪਸੀ ਹੋਈ ਹੈ? ਮੈਂ ਕਿਹਾ ਕਹਿੰਦੇ ਅਕਾਲੀ ਦਲ ਚ। ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਹੋਈ ਨਾ ਜਿੰਨਾਂ ਚੋਂ ਲੋਕਾਂ ਨੇ ਕੱਢੇ ਨੇ, ਉਹਨਾਂ ਘਰਾਂ ਚ ਵਾਪਸੀ ਨਹੀਂ ਹੋ ਸਕਦੀ ਇਹਨਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਮੈਂ ਸੁਣਿਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡੇ ਪਰਿਵਾਰ ਬਾਰੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ 'ਤੇ ਬੜੀ ਇੱਕ ਟਿੱਪਣੀ ਕੀਤੀ, ਅਤੇ ਮੈਂ ਸਮਝਦਾ ਕਿਉਂਕਿ ਇੱਕ ਮੁੱਖ ਮੰਤਰੀ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ, ਇਹਦਾ ਜਵਾਬ ਦੇਣਾ ਜਿਹੜਾ ਬਹੁਤ ਜ਼ਰੂਰੀ ਬਣ ਜਾਂਦਾ। ਉਹਨਾਂ ਨੇ ਦੋ ਗੱਲਾਂ ਕਹੀਆਂ, ਇੱਕ ਤਾਂ ਸਾਡੀ ਪਾਰਟੀ ਵਿੱਚ ਵਾਪਸੀ 'ਤੇ, ਅਤੇ ਦੂਜਾ ਇਲੈਕਸ਼ਨਾਂ ਦੇ ਬਾਰੇ, ਸਾਡੇ ਪਰਿਵਾਰ ਦੇ ਵੀ ਜਿੱਤੇ ਨਹੀਂ ਕਦੇ, ਇਹ ਵੀ ਉਹਨਾਂ ਨੇ ਟਿੱਪਣੀ ਕੀਤੀ। ਜਿੱਥੋਂ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਦੀ ਗੱਲ ਹੈ, ਅਸੀਂ ਸ਼ੁਰੂ ਤੋਂ ਹੀ ਵਿਚਾਰਤਕ ਤੌਰ 'ਤੇ ਜਮਾਂਦਰੂ ਅਕਾਲੀ ਹਾਂ। ਅਸੀਂ ਕਦੇ ਅਕਾਲੀ ਦਲ ਛੱਡਿਆ ਨਹੀਂ। 60-70 ਸਾਲ ਦਾ ਢੀਂਸਾ ਸਾਹਿਬ ਦਾ ਸਿਆਸੀ ਜੀਵਨ ਹੋ ਗਿਆ ਹੁਣ ਤੱਕ, ਸ਼ੁਰੂ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਨੇ, ਅਤੇ ਪਰਿਵਾਰ ਦੇ ਵਿੱਚ ਨਾਰਾਜ਼ਗੀਆਂ ਹੋ ਜਾਂਦੀਆਂ। ਅਸੀਂ ਵੱਖ ਹੋਏ ਪਰ ਅਸੀਂ ਕੋਈ ਪਾਰਟੀ ਕਿਸੇ ਹੋਰ ਸ਼ਾਮਿਲ ਨਹੀਂ ਹੋਏ, ਕਿਉਂਕਿ ਅਸੀਂ ਜਿਹੜਾ ਹੈ ਜਿਵੇਂ ਪਹਿਲਾਂ ਕਿਹਾ ਵਿਚਾਰਧਾਰਾ ਅਕਾਲੀ ਨਾਲ ਜੁੜੇ ਹੋਏ ਹਾਂ, ਅਤੇ ਹੁਣ ਉਸ ਤੋਂ ਬਾਅਦ ਬੈਠ ਕੇ ਪਾਰਟੀ ਦੇ ਨਾਲ ਮਤਭੇਦ ਦੂਰ ਹੋਏ ਅਤੇ ਅਸੀਂ ਵਾਪਸ ਪਾਰਟੀ ਦੇ ਵਿੱਚ ਹੀ ਆਏ ਹਾਂ। ਸੋ ਇਹ ਕੋਈ ਵੱਡੀ ਗੱਲ ਨਹੀਂ, ਅਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਜ਼ਰੂਰ ਇਹ ਪੁੱਛਣਾ ਚਾਹੁੰਦਾ ਕਿ ਅਸੀਂ ਤਾਂ ਆਪਦੀ ਪਾਰਟੀ 'ਚ ਹੀ ਵਾਪਸ ਆਏ ਹਾਂ, ਅਸੀਂ ਕਿਸੇ ਹੋਰ ਪਾਸੇ ਨਹੀਂ ਗਏ, ਅਤੇ ਤੁਸੀਂ ਹੁਣ ਤੱਕ ਕਿੰਨੀਆਂ ਪਾਰਟੀਆਂ ਬਦਲੇ ਹੋ? ਤੁਸੀਂ ਆਪਦਾ ਸਿਆਸੀ ਜੀਵਨ ਪਹਿਲਾਂ ਰਾਮੂ ਵਾਲੀਆ ਸਾਹਿਬ ਦੇ ਲੋਕ ਭਲਾਈ ਪਾਰਟੀ ਦੇ ਵਿੱਚ ਸੀ, ਤੁਸੀਂ ਫਿਰ ਤੁਸੀਂ ਮਨਪ੍ਰੀਤ ਸਿੰਘ ਬਾਦਲ ਦੀ PPP 'ਚ ਗਏ, ਫਿਰ ਤੁਸੀਂ ਉਹਨਾਂ ਨੂੰ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ 'ਚ ਗਏ, ਅਤੇ ਹੁਣ ਤੁਹਾਨੂੰ ਉਹਨਾਂ ਨੇ ਜੇ ਮੁੱਖ ਮੰਤਰੀ ਬਣਾ ਤਾ, ਜੇ ਕਿਤੇ ਮੁੱਖ ਮੰਤਰੀ ਤੁਹਾਨੂੰ ਨਾ ਐਲਾਨ ਕਰਦੇ ਤਾਂ ਤੁਸੀਂ ਕਿਸੇ ਹੋਰ ਪਾਰਟੀ ਚਲੇ ਜਾਂਦੇ। ਚਰਚਾ ਜਮਾਂ ਚੱਲ ਰਹੀਆਂ ਸੀ ਵੀ ਸ਼ਾਇਦ ਤੁਹਾਡੀ ਗੱਲ ਕਾਂਗਰਸ ਨਾਲ ਚੱਲ ਰਹੀ ਸੀ। ਉਹ ਸੋ ਮੌਕਾ ਪ੍ਰਸਤ ਕੌਣ ਹੈ? ਇਹ ਅੰਦਾਜ਼ਾ ਪੰਜਾਬ ਦੇ ਲੋਕ ਆਪ ਹੀ ਲਾ ਲੈਣਗੇ ਵੀ ਕੌਣ ਸਿਧਾਂਤਕ ਤੌਰ 'ਤੇ ਜੁੜੇ ਹੋਏ। ਢੀਂਸਾ ਸਾਹਿਬ ਤਾਂ 1972 ਵਿੱਚ ਆਜ਼ਾਦ ਤੌਰ 'ਤੇ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸੀ, ਹਾਲਾਂਕਿ ਉਦੋਂ ਕਾਂਗਰਸ ਦੀ ਸਰਕਾਰ ਬਣੀ ਸੀ। ਕਿਉਂ? ਕਿਉਂਕਿ ਉਹ ਹਮੇਸ਼ਾ ਦਿਲੋਂ ਮਨੋਂ ਅਕਾਲੀ ਸੀ, ਤਾਂ ਹੀ ਉਦੋਂ ਸਰਕਾਰ ਭਾਵੇਂ ਕਾਂਗਰਸ ਦੀ ਬਣੀ ਉਹ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਅਤੇ ਤੁਸੀਂ ਆਪਦੇ ਗਰੇਬਾਨ 'ਚ ਝਾਤ ਮਾਰ ਕੇ ਦੇਖੋ ਤਾਂ ਫਿਰ ਤੁਹਾਨੂੰ ਪਤਾ ਚੱਲੂਗਾ ਵੀ ਕਿਹਦਾ ਕਿਰਦਾਰ ਕਿਹਾ ਜਾਏ। ਅਤੇ ਦੂਜੀ ਗੱਲ, ਤੁਸੀਂ ਕਹੀ ਵੀ ਇਲੈਕਸ਼ਨ ਨਹੀਂ ਜਿੱਤੇ ਕਦੇ, ਲੋਕ ਸਾਰੇ ਜਾਣਦੇ ਆ, ਲੋਕਾਂ ਨੂੰ ਪਤਾ ਹੁਣ ਤੱਕ 1972 ਤੋਂ ਲੈ ਕੇ ਅੱਜ ਤੱਕ ਤਕਰੀਬਨ 11 ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ, ਜਿਹੜੀਆਂ ਸਾਰੀਆਂ ਇੱਕ ਚੋਣ ਨੂੰ ਛੱਡ ਕੇ ਸਾਰੀਆਂ ਚੋਣਾਂ ਸਾਡਾ ਪਰਿਵਾਰ ਲੜੇ ਆ, ਅਤੇ ਸਿਰਫ 2 ਵਾਰੀ ਅਸੀਂ ਹਾਰੇ ਹਾਂ। 4 ਵਾਰੀ ਲਗਾਤਾਰ ਸਰਦਾਰ ਸੁਖਦੇਵ ਸਿੰਘ ਢੀਂਡਸਾ MLA ਰਹੇ, 5 ਵਾਰੀ ਲੋਕਾਂ ਨੇ ਮੈਨੂੰ ਜਿਤਾਇਆ। ਅਸੀਂ ਕੋਈ ਮਾਣ ਜਾਂ ਗਰੂਰ ਨਹੀਂ ਕਰਦੇ ਤੁਹਾਡੇ ਵਾਂਗੂ, ਕੋਈ ਹੰਕਾਰ, ਇਹ ਤਾਂ ਲੋਕਾਂ ਦਾ ਮਾਣ ਹੁੰਦਾ ਹੈਗਾ ਵੀ ਲੋਕਾਂ ਨੇ ਐਡਾ ਵੱਡਾ ਸਾਡੇ 'ਤੇ ਭਰੋਸਾ ਜਿਤਾਇਆ, ਅਸੀਂ ਤਾਂ ਲੋਕਾਂ ਦੀ ਦੇਣ ਦੇ ਹੀ ਨਹੀਂ ਸਕਦੇ ਕਦੇ, ਅਤੇ ਅੱਜ ਲੋਕਾਂ ਨੇ ਜੇ ਸਾਨੂੰ ਹਰਾ ਤਾ ਉਹ ਵੀ ਕੋਈ ਵੱਡੀ ਗੱਲ ਨਹੀਂ, ਜਿਨ੍ਹਾਂ ਨੇ ਸਾਨੂੰ ਬਣਾਇਆ ਜੇ ਸਾਨੂੰ ਹਰਾ ਵੀ ਦਿੱਤਾ ਕੋਈ ਵੱਡੀ ਗੱਲ ਨਹੀਂ।
ਪਰ ਜਿਹਾ ਜਿਹਾ ਹੰਕਾਰ ਤੁਸੀਂ ਘਰੇ ਬੈਠੇ ਹੋ 10 ਸਾਲਾਂ ਦੇ ਵਿੱਚ, ਤੁਹਾਨੂੰ ਇੰਨਾ ਹੰਕਾਰ ਹੋ ਗਿਆ, ਤੁਸੀਂ 40 ਸਾਲ ਸਿਆਸਤ ਕਰਕੇ ਦੇਖੋ, ਫਿਰ ਪਤਾ ਚੱਲੂਗਾ ਵੀ ਕਿੰਨਾ ਕੁ ਤੁਹਾਡੇ ਨਾਲ ਲੋਕ ਲੰਬਾ ਸਮਾਂ ਨਿਭਦੇ ਹੈ। ਫਿਰ ਤੁਹਾਨੂੰ ਅਸਲ ਜਿਹੜਾ ਤੁਹਾਡੀ ਜਿਹੜੀ ਮਾਨਸਿਕਤਾ ਹੈ, ਜਿਹੜੀ ਤੁਹਾਡੀ ਔਕਾਤ ਹੈ, ਉਹਦਾ ਪਤਾ ਫਿਰ ਚੱਲੂਗਾ। ਇਸ ਲਈ ਇਹ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਬੜੀਆਂ ਛੋਟੀਆਂ ਅਤੇ ਹੋਛੀਆਂ ਗੱਲਾਂ ਨੇ। ਅਤੇ ਦੂਜੀ ਗੱਲ, ਲੋਕਾਂ ਨੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈਗਾ, ਅੱਜ ਤੁਹਾਡੀ ਡਿਊਟੀ ਹੈ ਪੰਜਾਬ ਬਾਰੇ ਸੋਚਣ ਵਾਸਤੇ। ਅਤੇ ਤੁਸੀਂ ਗੱਲਾਂ ਕੀ ਕਰਦੇ ਹੋ, ਤੁਹਾਨੂੰ ਫਿਕਰ ਪਿਆ ਦੂਜੀਆਂ ਪਾਰਟੀਆਂ ਦੇ ਲੀਡਰਾਂ ਦਾ ਵੀ, ਉਹ ਕੀ ਕਰ ਰਹੇ ਨੇ, ਕਿਹੜਾ ਕਿਹੜੀ ਪਾਰਟੀ 'ਚ ਜਾ ਰਿਹਾ, ਕਿਹੜਾ ਕੀ ਕਰ ਰਿਹਾ। ਕਿਸੇ ਦੇ ਤੁਸੀਂ ਬੱਚੇ 'ਤੇ ਟਿੱਪਣੀ ਕਰਦੇ ਹੋ, ਕਿਸੇ ਦੇ ਫਾਦਰ 'ਤੇ ਟਿੱਪਣੀ ਕਰਦੇ ਹੋ, ਕਿਸੇ ਦੇ ਕਿਸੇ ਪਰਿਵਾਰ ਦੇ ਮੈਂਬਰ 'ਤੇ ਟਿੱਪਣੀ ਕਰਦੇ ਹੋ, ਅਤੇ ਜੇ ਕੋਈ ਟਿੱਪਣੀ ਕਰਦੇ ਫਿਰ ਤੁਹਾਨੂੰ ਜਿਹੜਾ ਘਬਰਾਹਟ ਵੱਜ ਜਾਂਦੀ ਹੈ, ਫਿਰ ਤੁਸੀਂ ਕਹਿਣਾ ਵੀ ਇਹਨਾਂ ਨੂੰ ਤਾਂ ਮੈਥੋਂ ਬਿਨਾਂ ਕੋਈ ਦੀਂਦਾ ਨਹੀਂ। ਮੈਂ ਕਹਿਣਾ ਤੁਹਾਨੂੰ ਕਿਸੇ ਜਿਹੜਾ ਕੋਈ ਵਿਰੋਧੀ ਪਾਰਟੀ ਤੋਂ ਬਿਨਾਂ ਕੁਛ ਨਹੀਂ ਦਿੰਦਾ। ਅੱਜ ਤੁਹਾਨੂੰ ਸੋਚਣਾ ਚਾਹੀਦਾ ਪੰਜਾਬ ਬਾਰੇ, ਤੁਹਾਨੂੰ ਐਡਾ ਵੱਡਾ ਲੋਕਾਂ ਨੇ ਸੋਚਿਆ। ਤੁਸੀਂ ਜੇ ਪ੍ਰੈਸ ਕਾਨਫਰੰਸ ਜਿੱਥੇ ਤੁਸੀਂ ਇਹ ਗੱਲ ਕੀਤੀ, ਜੇ ਕਿ ਤੁਸੀਂ ਪੰਜਾਬ ਦੀ ਗੱਲ ਕੀਤੀ ਹੁੰਦੀ ਉੱਥੇ, ਕੀ ਤੁਸੀਂ ਪੰਜਾਬ ਵਾਸਤੇ ਰੋਡ ਮੈਪ ਤਿਆਰ ਕਰ ਰਹੇ ਹੋ, ਕੀ ਤੁਸੀਂ ਪੰਜਾਬ ਵਾਸਤੇ ਕੀਤਾ, ਕੀ ਤੁਸੀਂ ਕਰਨ ਦਾ ਭਵਿੱਖ 'ਚ ਤੁਹਾਡਾ ਮਨਸ਼ਾ ਹੈ, ਫਿਰ ਤਾਂ ਗੱਲ ਸਮਝ ਆਉਂਦੀ। ਇਹ ਹੁਣ ਤੁਹਾਡੀਆਂ ਜਿਹੜੀਆਂ ਗੱਲਾਂ ਨੇ, ਇਹ ਕੁਝ ਹੀ ਛੋਟੇ ਲੈਵਲ ਦੀ ਸਿਆਸਤ, ਇਹ ਲੋਕ ਸਾਰੇ ਜਾਣਗੇ ਨੇ। ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਅੱਜ ਵੀ ਸਮਾਂ ਹੈ, ਲੋਕਾਂ ਨੂੰ ਜਿਸ ਚੀਜ਼ ਵਾਸਤੇ ਲੋਕਾਂ ਨੇ ਤੁਹਾਨੂੰ ਚੁਣਿਆ ਹੈ ਉੱਧਰ ਧਿਆਨ ਦਿਓ। ਲੋਕ ਕੀ ਕਰਦੇ ਨੇ, ਕੀ ਕੋਈ ਲੀਡਰ ਕਰ ਰਿਹਾ, ਉੱਧਰ ਬੜਾ ਤੁਹਾਨੂੰ ਸੋਚਣ ਦੀ ਲੋੜ ਨਹੀਂ। ਅਸੀਂ ਆਪਦੇ ਲੋਕਾਂ ਨੂੰ, ਆਪਦੇ ਪਾਰਟੀ ਦੇ ਵਰਕਰਾਂ ਨੂੰ ਜਵਾਬ ਦੇ ਹਾਂ, ਲੋਕ ਸਾਡੇ ਤੋਂ ਜਵਾਬ ਮੰਗਦੇ ਹਾਂ, ਜੇ ਕੋਈ ਮੰਗਣਗੇ ਅਸੀਂ ਉਹਨੂੰ ਜਵਾਬ ਦੇਵਾਂਗੇ। ਪਰ ਤੁਸੀਂ ਜਿਹੜੇ ਹੈਗੇ ਹੋ ਕਦੇ ਇਸ ਯੋਗ ਨਹੀਂ ਵੀ ਤੁਸੀਂ ਲੋਕਾਂ ਤੋਂ ਜਵਾਬ ਮੰਗੋ। ਤੋ ਮੈਂ ਤਾਂ ਇਹੀ ਸ਼ਬਦ ਜਿਹੜਾ ਕੁਛ ਆਪਦੀ ਭਾਵਨਾ ਵਿਅਕਤ ਕਰਨਾ ਚਾਹੁੰਦਾ ਸੀ। ਬਾਕੀ ਤੁਹਾਡੀ ਆਪਦੀ ਮਰਜ਼ੀ ਹੈ, ਜਿਵੇਂ ਤੁਸੀਂ ਜਿਹਾ ਜਿਹਾ ਕਰੋਗੇ ਉਹ ਜਿਹਾ ਕੋਈ ਅਗਲੇ ਤੋਂ ਜਵਾਬ ਤੁਹਾਨੂੰ ਮਿਲ ਜੂਗਾ।